ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਅੱਜ ਮੁਲਾਕਾਤ ਕੀਤੀ ਅਤੇ ਇੱਕ ਵੱਡੀ ਮੰਗ ਕੀਤੀ। ਕੀ ਹੈ ਕੁਲਬੀਰ ਜ਼ੀਰਾ ਦੀ SDPC ਦੇ ਪ੍ਰਧਾਨ ਤੋਂ ਮੰਗ, ਤੁਸੀਂ ਵੀ ਦੇਖੋ ਇਸ ਰਿਪੋਰਟ ਦੇ ਵਿੱਚ। ਸਾਰੀ ਦੁਨੀਆ ਜਾਣਦੀ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਜੇ ਗੱਲ ਕੀਤੀ ਤਾਂ ਨਵਜੋਤ ਸਿੰਘ ਸਿੱਧੂ ਨੇ ਕੀਤੀ, ਉਦੋਂ ਬਾਅਦ ਦੇ ਵਿੱਚ ਤਾਂ ਨੰਬਰ ਬਣਾਉਣ ਨੂੰ ਬਹੁਤ ਅੱਗੇ ਆ ਗਏ। ਕਰਤਾਰਪੁਰ ਸਾਹਿਬ ਲਾਂਘੇ ਤੋਂ ਉੱਤੇ ਕੋਈ ਚੀਜ਼ ਨਹੀਂ। ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਪੱਬਾਂ ਭਾਰ ਨੇ, ਉੱਥੇ SDPC ਨੂੰ ਇੱਕ ਵਾਰ ਫਿਰ ਤੋਂ ਕਟਕੜੇ 'ਚ ਖੜਾ ਕੀਤਾ ਹੈ। ਕੁਲਬੀਰ ਸਿੰਘ ਜ਼ੀਰਾ ਨੇ ਆਰੋਪ ਲਗਾਏ ਨੇ ਕਿ ਜੋ ਜ਼ਮੀਨ ਉੱਥੇ ਹੈ ਉਹ ਐਕਵਾਇਰ ਕੀਤੀ ਜਾ ਸਕਦੀ ਹੈ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਚਾਹੀਦਾ ਹੈ। ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜ਼ੀਰਾ ਸਾਹਿਬ, ਕੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਹੈ ਔਰ ਕਿੰਨੀ ਜ਼ਮੀਨ ਹੈ ਜਿਹੜੀ ਉੱਥੇ ਐਕਵਾਇਰ ਕੀਤੀ ਜਾ ਸਕਦੀ? ਟੋਟਲ ਜਿਹੜੀ ਜ਼ਮੀਨ ਹੈ ਉਹ 108 ਏਕੜ ਆ ਜਿਹੜੀ ਐਕਵਾਇਰ ਕਰਨੀ ਹੈ, ਔਰ ਉਹਦੇ ਲਈ ਮੈਂ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਅਪੀਲ ਕਰਨ ਜਾ ਰਿਹਾ ਵਾਂ, ਕਿਉਂਕਿ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਜੋ ਮੈਨੂੰ ਮੈਸੇਜ ਮਿਲਿਆ, ਜੋ ਉਹਨਾਂ ਦੀ ਗੱਲ ਨੂੰ, ਉਹਨਾਂ ਦੀ ਮੰਗ ਨੂੰ ਮੈਂ ਸ਼੍ਰੋਮਣੀ ਕਮੇਟੀ ਅੱਗੇ ਰੱਖਣਾ ਚਾਹੁੰਦਾ, ਕਿਉਂਕਿ ਮੈਨੂੰ ਪਤਾ ਲੱਗਾ ਸਾਡੇ ਨਾਲ ਉੱਥੋਂ ਡੇਰਾ ਬਾਬਾ ਨਾਨਕ ਤੋਂ ਸਰਪੰਚ ਸਾਹਿਬ ਨੇ ਦਿਲਬਾਗ ਸਿੰਘ ਜੀ, ਜਿਨ੍ਹਾਂ ਦਾ ਪਿੰਡ ਹੈਗਾ ਕਿਲਾ ਨੱਥੂ ਸਿੰਘ ਵਾਲਾ, ਔਰ ਇਹ ਪਿੰਡ ਦਾ ਨਾਂ ਕਿਉਂ ਪਿਆ, ਕਿਉਂਕਿ ਉੱਥੋਂ ਦੇ ਸਵਰਗਵਾਸੀ ਸਰਦਾਰ ਨੱਥਾ ਸਿੰਘ ਜੀ, ਜਿਨ੍ਹਾਂ ਨੇ 600 ਏਕੜ ਜ਼ਮੀਨ ਜਿਹੜੀ ਸੀ ਉਹ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਨੂੰ ਜਿਹੜੀ ਦਾਨ ਕੀਤੀ, ਔਰ ਉਸ ਜ਼ਮੀਨ ਦੇ ਜਿਹੜੇ ਅੱਜ ਨਾਮ ਜਿਹੜਾ ਬੋਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਮਾਲਕ ਆ, ਔਰ ਅਸੀਂ ਚਾਹੁੰਦੇ ਹਾਂ ਕਿ ਇਹ ਧਾਰਮਿਕ ਅਦਾਰਾ ਜਿਹੜਾ ਸ਼੍ਰੋਮਣੀ ਕਮੇਟੀ ਬਹੁਤ ਵੱਡਾ ਅਦਾਰਾ, ਔਰ ਜੋ ਬੜੇ ਲੰਮੇ ਸਮੇਂ ਤੋਂ ਸਾਡੀਆਂ ਸਿੱਖਾਂ ਦੀਆਂ ਭਾਵਨਾਵਾਂ ਸੀ, ਅਰਦਾਸਾਂ ਸੀ, ਜੋ ਅਸੀਂ ਰੋਜ਼ ਅਰਦਾਸਾਂ ਦੇ ਵਿੱਚ ਦਰਸ਼ਨ ਦਾਰਿਆਂ ਦੀ ਗੱਲ ਕਰਦੇ ਹਾਂ, ਔਰ ਇਹ ਜਿਹੜੀ ਮੰਗ ਜਿਹੜੀ ਹੈ ਸ਼੍ਰੋਮਣੀ ਕਮੇਟੀ ਨੂੰ ਪੂਰੀ ਕਰਨੀ ਚਾਹੀਦੀ ਹੈ, ਉਹ ਜ਼ਮੀਨ ਦਾ ਜਿਹੜਾ ਹੈ ਉਹ ਅਕਵਾਇਰ ਸ਼੍ਰੋਮਣੀ ਕਮੇਟੀ ਨੂੰ ਵੀ ਕਰਨ ਦਾ ਜਿਹੜਾ ਪੂਰਾ ਹੱਕ ਹੈਗਾ ਉਹ ਕਰ ਸਕਦੀ ਹੈ, ਔਰ ਜੇ ਨਹੀਂ ਤਾਂ ਉਹਨਾਂ ਕਿਸਾਨਾਂ ਨਾਲ ਬੈਠ ਕੇ ਤਬਾਦਲੇ ਦੀ ਗੱਲ ਕੀਤੀ ਜਾਵੇ, ਔਰ ਸਾਡਾ ਅੱਜ ਮੇਨ ਮਕਸਦ ਇਹ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੁੱਲ੍ਹਣਾ ਚਾਹੀਦਾ, ਨਾਨਕ ਨਾਮ ਲੇਵਾ ਸੰਗਤਾਂ ਜਿਹੜੀਆਂ ਚਾਹੁੰਦੀਆਂ ਨੇ ਕਿ ਦਰਸ਼ਨ ਦਾਰੇ ਜਿਹੜੇ ਉਹ ਜਲਦੀ ਤੋਂ ਜਲਦੀ ਕੀਤੇ ਜਾਣ, ਅੱਜ ਇਸੇ ਮੰਗ ਨੂੰ ਲੈ ਕੇ ਮੈਂ ਪ੍ਰਧਾਨ ਸਾਹਿਬ ਨੂੰ ਮਿਲਣ ਜਾ ਰਿਹਾ। ਇੱਕ 550ਵੇਂ ਗੁਰਪੁਰਬ ਨੂੰ ਲੈ ਕੇ ਜਿਹੜੀ ਆ ਮੀਟਿੰਗ ਵੀ ਕੀਤੀ ਜਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ, ਕਿਤੇ ਨਾ ਕਿਤੇ ਦੋ ਜਿਹਾ ਰਵੱਈਆ ਨਹੀਂ ਲੱਗਦਾ ਪਿਆ, ਕਿਉਂਕਿ ਇੱਕ ਬੰਨੇ ਅਸੀਂ ਕਹਿ ਰਹੇ ਹਾਂ ਕਿ ਕਰਤਾਰਪੁਰ ਕੋਰੀਡੋਰ ਖੁੱਲ੍ਹਣਾ ਚਾਹੀਦਾ, ਲੇਕਿਨ ਸਭ ਨਾਲੋਂ ਵੱਡਾ ਰੋੜਾ ਤੁਸੀਂ ਦੱਸਦਾ ਕਿ 108 ਏਕੜ ਜਿਹੜੀ ਜ਼ਮੀਨ ਹੈਗੀ ਉਹ ਐਕਵਾਇਰ ਹੋਣੀ ਚਾਹੀਦੀ। ਨਹੀਂ, ਇਹਦੇ ਵਿੱਚ ਕੋਈ ਨਹੀਂ, ਜਿਹੜਾ 550 ਸਾਲਾਂ ਅਸੀਂ ਜਿਹੜਾ ਮਨਾਉਣ ਜਾ ਰਹੇ ਹਾਂ ਉਹਦੇ ਵਿੱਚ ਸਾਰੀਆਂ ਸੰਗਤਾਂ ਹੀ ਸੰਯੋਗ ਕਰ ਰਹੀਆਂ ਨੇ, ਹਰੇਕ ਸਰਕਾਰ ਸੰਯੋਗ ਕਰ ਰਹੀ ਹੈ, ਕਿਉਂਕਿ ਇਹ ਇੱਕ ਧਾਰਮਿਕ ਜਿਹੜਾ ਸਾਡਾ ਮਸਲਾ ਹੈ ਕਰਤਾਰਪੁਰ ਸਾਹਿਬ ਲਾਂਘੇ ਦਾ, ਔਰ ਮੈਂ ਇਸ ਕਰਕੇ ਬੇਨਤੀ ਕਰਨਾ ਚਾਹਿਆ ਵਾਂ ਕਿ ਜੇ ਐਡਾ ਵੱਡਾ ਅਦਾਰਾ ਜਿਹੜਾ ਜੋ ਧਾਰਮਿਕ ਭਾਵਨਾਵਾਂ ਜਿਨ੍ਹਾਂ ਲੋਕਾਂ ਦੀਆਂ ਕਰਤਾਰਪੁਰ ਸਾਹਿਬ ਨਾਲ ਜੁੜੀਆਂ ਨੇ, ਔਰ ਜੇ ਸ਼੍ਰੋਮਣੀ ਕਮੇਟੀ ਚਾਹੇ ਤਾਂ ਸ਼੍ਰੋਮਣੀ ਕਮੇਟੀ ਲਈ ਇਹ ਕੁਛ ਨਹੀਂ, ਜੇ ਸ਼੍ਰੋਮਣੀ ਕਮੇਟੀ ਜ਼ਮੀਨ ਅਕਵਾਇਰ ਨਹੀਂ ਕਰਦੀ ਉਹ ਜਿਹੜੀ ਜ਼ਮੀਨ ਕਿਲਾ ਨੱਥੂ ਸਿੰਘ ਵਾਲੇ ਨਾਲ ਤਬਾਦਲਾ ਉਹਨਾਂ ਕਿਸਾਨਾਂ ਦਾ ਨਹੀਂ ਕਰਦੀ, ਬੈਠ ਕੇ ਨਹੀਂ ਕੋਈ ਗੱਲ ਕਰਦੀ, ਤਾਂ ਮੈਂ ਇਹ ਵੀ ਬੇਨਤੀ ਕਰਦਾ ਵਾਂ ਪ੍ਰਧਾਨ ਸਾਹਿਬ ਨੂੰ ਕਿ ਤੁਸੀਂ ਇੱਕ ਕੰਮ ਕਰੋ, ਨਾਨਕ ਨਾਮ ਲੇਵਾ ਸੰਗਤਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਨੇ, ਕਿਉਂਕਿ ਸਿੱਖ ਕੌਮ ਹਰ ਕੰਮ 'ਚ ਅੱਗੇ ਰਹੀ ਹੈ, ਔਰ ਸਿੱਖ ਚਾਹੁੰਦੇ ਨੇ ਕਿ ਇਹ ਲਾਂਘਾ ਖੁੱਲ੍ਹੇ, ਇਹ ਪ੍ਰਧਾਨ ਜੀ ਉਹਨਾਂ ਨੂੰ ਅਪੀਲ ਕਰਨ, ਉਹ ਯੋਗਦਾਨ ਪਾਉਣਗੇ ਔਰ ਇਹ ਜਲਦੀ ਤੋਂ ਜਲਦੀ ਕਵੈਰ ਹੋ ਜਾਏਗੀ ਔਰ ਸਿੱਖ ਸੰਗਤਾਂ ਦਰਸ਼ਨ ਕਰ ਸਕਣਗੀਆਂ। ਇਹਦੇ ਲਈ ਜਿਹੜਾ ਹੈਗਾ ਸੀ ਕਾਫੀ ਰਾਜਨੀਤੀ ਵੀ ਹੋਈ, ਪਹਿਲਾਂ ਜਦੋਂ ਇਮਰਾਨ ਖਾਨ ਸਾਹਦੇ ਨੇ ਨਵਜੋਤ ਸਿੰਘ ਸਿੱਧੂ ਜਾਂਦੇ ਨੇ, ਲੇਕਿਨ ਜਦੋਂ ਨੀਂਹ ਪੱਥਰ ਰੱਖਿਆ ਜਾਂਦਾ ਹਰਸਿਮਰਤ ਕੌਰ ਬਾਦਲ ਵੀ ਜਾਂਦੇ ਨੇ, ਕਿਆ ਲੱਗਦਾ ਦੋਨਾਂ ਨੂੰ ਮਿਲ ਕੇ ਕਰਨਾ ਚਾਹੀਦਾ ਕਿ ਸਿਰਫ ਕ੍ਰੈਡਿਟ ਵਾਰ ਚੱਲ ਰਹੀ ਹੋ? ਸਿਰਫ ਇਹਦੇ ਵਿੱਚ ਕੀ ਹੈ ਕਿ ਅੱਜ ਆਪਾਂ ਸਿਰਫ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰੀਏ, ਅੱਜ ਆਪਾਂ ਸ਼੍ਰੋਮਣੀ ਕਮੇਟੀ ਅੱਗੇ ਮੰਗ ਪੱਤਰ ਰੱਖਣ ਜਾ ਰਹੇ ਹਾਂ, ਔਰ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਜੇ ਗੱਲ ਕੀਤੀ ਤਾਂ ਨਵਜੋਤ ਸਿੰਘ ਸਿੱਧੂ ਨੇ ਕੀਤੀ, ਉਦੋਂ ਬਾਅਦ ਦੇ ਵਿੱਚ ਤਾਂ ਨੰਬਰ ਬਣਾਉਣ ਨੂੰ ਬਹੁਤ ਅੱਗੇ ਆ ਗਏ, ਪਰ ਗੱਲ ਇਹ ਹੈ ਕਿ ਗੱਲ ਇਕੱਲੀ ਗੱਲ ਕਰਿਆ ਨਹੀਂ ਹੋਣੀਗੀ, ਇਸ ਮਸਲੇ ਦਾ ਹੱਲ ਤਾਂ ਹੋ ਸਕਦਾ ਕਿ ਜੇ ਸ਼੍ਰੋਮਣੀ ਕਮੇਟੀ ਵੀ ਵਿਚਾਵੇ, ਅੱਜ ਇਸ ਕਰਕੇ ਅਪੀਲ ਕਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਜਾ ਰਹੀ। ਤੁਹਾਡੇ ਵੱਲੋਂ ਅਪੀਲ ਕੀਤੀ ਜਾ ਰਹੀ ਕਿ ਕਾਂਗਰਸ ਵੱਲੋਂ ਅਪੀਲ ਕੀਤੀ ਜਾ ਰਹੀ? ਇਹ ਅਪੀਲ ਮੇਰੇ ਵੱਲੋਂ ਕੀਤੀ ਜਾ ਰਹੀ ਹੈ, ਕਿਉਂਕਿ ਮੈਂ ਹਲਕੇ ਦਾ ਨੁਮਾਇੰਦਾ ਵਾਂ, ਲੋਕਾਂ ਨੇ ਮੈਨੂੰ MLA ਬਣਾਇਆ, ਅੱਜ ਉਸ ਹਲਕੇ ਦੇ ਲੋਕ ਅੱਜ ਮੇਰੇ ਨਾਲ ਕਿਲਾ ਨੱਥੂ ਸਿੰਘ ਵਾਲੇ ਦੀ ਜਿਹੜੀ ਪੰਚਾਇਤ ਆ ਉਹ ਵੀ ਸਾਰੀ ਆਈ ਹੈ, ਔਰ ਇਸ ਮੰਗ ਨੂੰ ਮੈਂ ਤਾਂ ਲੈ ਕੇ ਰੱਖ ਰਿਹਾ ਕਿਉਂਕਿ ਸਾਡਾ ਫਰਜ਼ ਬਣਦਾ ਹੈ ਜਿਹੜੀ ਆਵਾਜ਼ ਆ, ਕਿਉਂਕਿ ਇਹ ਅਸੀਂ ਅੱਜ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਕਦਮਾਂ 'ਤੇ ਚੱਲਦੇ ਹਾਂ, ਔਰ ਸਾਨੂੰ ਚਾਹੀਦਾ ਕਿ ਜੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜੋ ਉਹਨਾਂ ਨੇ ਸਾਨੂੰ ਦੱਸਿਆ, ਜੇ ਅਸੀਂ ਉਹਨਾਂ ਪਾਏ ਹੋਏ ਪੂਰਿਆਂ 'ਤੇ ਪੂਰੇ ਨਹੀਂ ਉੱਤਰ ਸਕਦੇ ਤਾਂ ਫਿਰ ਸਾਨੂੰ ਸਿੱਖ ਘਵਾਉਣ ਦਾ ਵੀ ਕੋਈ ਫਾਇਦਾ? ਜੇ ਅਗਰ ਕੋਈ ਨਹੀਂ ਹੱਲ ਨਿਕਲਦਾ ਫਿਰ ਤੁਹਾਡਾ ਨੈਕਸਟ ਸਟੈਪ? ਗੱਲ ਇਹ ਹੈ ਕਿ ਆਪਾਂ ਜੇ ਨਾ ਲੈ ਕੇ ਚੱਲੀਏ, ਮੈਨੂੰ ਬੜਾ ਮਾਣ ਹੈ ਸ਼੍ਰੋਮਣੀ ਕਮੇਟੀ 'ਤੇ
क्योंकि एक इहो जी संस्था है जिन्हें बहुत सारे कॉलेज चलाए, स्कूल चलाए, हॉस्पिटल चलाए और श्रोमणी कमेटी लिए 108 एकड़ लेना एक छोटी जी चीज़ आ। और मैनू माण है कि श्रोमणी कमेटी प्रधान जो कि वह भी पूर्ण गुरसिख ने वो इस गल दे नाल जरूर सहमति प्रगटाउण। साहब आज जो विधानसभा सत्र चलता पाया उहदे काले कपड़े पा के जो अकाली दल वालों प्रोटेस्ट किया जा रहा, क्या लगता है बैठ के गलबात की जा सकती सी? मैं पहला दस हटिया कि अज सिर्फ जी गल आ वो करतारपुर साहब लांघे की श्रोमणी कमेटी जिहड़ा मंग पत्र देना हो ये गल्लां विधानसभा च बैठ के जां फिर भी कीतियां जा सकदियां ने। फिर भी लेकिन अगर जे इस तरह प्रोटेस्ट किया जाता क्या लगता नहीं गलबात करने वास्ते, क्योंकि बहुत कीमती समा हुंदा लोकां दा, विच बहुत पैसे लगते हैं इहनूं लैके, क्या लगता नहीं समा देना चाहिए? मैं इस बारे कोई नो कमेंट और गल है कि ये आप इस तों बाद दे विच गल करांगे, पहला आप प्रधान साहब नूं अपील कर तुहाडे वल्लों नशे नूं लैके काफ़ी जिहड़ी सी गल होई सी, लेकिन फिर एक बार कैप्टन अमरिंदर सिंह ने कहा वा कि जिन्हों भी व्यक्ति नूं पता है तस्करां दा पता है वह सानू नाम दसन ते असीं उन्हां नूं गिरफ्तार करांगे, क्या लगता नहीं नाम? करतारपुर साहब लांघे तो उत्ते कोई चीज़ नहीं और ये अरदासां जिहड़ियां अज तुसीं भी प्रैस वाले जन्ने हो तुसीं भी अरदास करदे हो, तुसीं भी अरदास च कहिंदे हो कि दर्शन ददारे होण, अज पहलां ये जिहड़ा मुद्दा है ये बहुत वड्डा जिहड़ा मुद्दा है, इस मुद्दे नूं लैके आपां जिहड़ा ये अपील करन जा रहे हैं, ये जिहड़ियां गल्लां ने ये बाद दे विच आपां जदों मर्जी टेबल ते बैठ के कर सकते। इस सन कुलबीर सिंह जीरा जी ने कहा कि जिहड़ी अज जिहड़ा मेन मकसद सीगा करतारपुर कोरीडोर नूं लैके गलबात सी और उन्हां वल्लों एक जिहड़ा मंग पत्र आ उह श्रोमणी गुरुद्वारा प्रबंधक कमेटी के प्रधान गोबिंद सिंह लौंगोवाल नूं दित्ता जाएगा, हालांकि उन्होंने विधानसभा ते किसी भी सवाल का जिहड़ा जवाब देने की सहमत नहीं समझी, क्योंकि उन्होंने कहा कि अज जिहड़ा मुद्दा आ वो करतारपुर कोरीडोर की लैके जगह लैके आ। कैमरामैन मुकेश बावे के साथ गुरप्रीत सिंह, दैनिक सवेरा टीवी अमृतसर।